ਆਖਰ ਕਿਉਂ ওয়াটার ਕੈਨਨ ਵਾਲੇ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਕਿੱਥੇ ਗ੍ਰਿਫਤਾਰ ਕੀ ਕੀ ਲੋਕ ਸਭਾ ਚੋੜਾ ਤੋਂ ਪਹਿਲਾਂ ਕਿਸਾਨਾਂ ਤੋਂ ਡਰ ਗਈ ਹੈ ਸਰਕਾਰ ਨਵਦੀਪ ਤੋਂ ਬਾਅਦ ਕੀ ਹੁਣ ਹੋਰ ਕਿਸਾਨਾਂ ਦੀਆਂ ਹੋ ਸਕਦੀਆਂ ਨੇ ਗ੍ਰਿਫਤਾਰੀਆਂ ਹਰਿਆਣਾ ਪੁਲਿਸ ਨੇ ਕੀ ਦਿੱਤਾ ਬਿਆਨ ਆਖਿਰ ਕਿਉਂ ਹੋ ਰਹੀਆਂ ਨੇ ਹੁਣ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀ ਵਾਕਈ ਕਿਸਾਨਾਂ ਨੇ ਕੀਤਾ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਜਾਂ ਪਰ ਇਸ ਦੇ ਪਿੱਛੇ ਹੈ ਕੋਈ ਹੋਰ ਕਾਰਨ ਅੱਜ ਕਰਦੇ ਹਾਂ ਮਾਮਲੇ ਤੇ ਪੂਰਾ ਖੁਲਾਸਾ ਤੇ ਦੱਸਦੇ ਹਾਂ ਪੂਰੇ ਮਾਮਲੇ ਦੀ ਅਸਲ ਸਚਾਈ ਸੱਚੀ ਗੱਲ ਤੁਸੀਂ ਗ੍ਰੋਫੈਕ ਨਿਊਜ਼ ਹੋ ਅੱਜ ਵੱਡੀ ਖਬਰ ਉਹ ਤੋਂ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਨਵਦੀਪ ਜੋ ਕਿ ਕਿਸਾਨ ਅੰਦੋਲਨ ਦਾ ਇੱਕ ਵੱਡਾ ਹਿੱਸਾ ਰਿਹਾ ਹੈ ਤਾਂ ਨਵਦੀਪ ਨੂੰ ਹਰਿਆਣਾ ਦੀ ਪੁਲਿਸ ਦੇ ਵੱਲੋਂ ਮੁਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਚਰਚਾਵਾਂ ਹੋਰ ਵੀ ਜ਼ਿਆਦਾ ਹੁਣ ਉਦੋਂ ਛਿੜ ਗਈਆਂ ਨੇ ਜਦੋਂ ਸਵਾਲ ਉਠਣੇ ਸ਼ੁਰੂ ਹੋ ਗਏ ਨੇ ਕਿ ਆਖਿਰ ਨਵਦੀਪ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਕਿ ਹੋਰ ਕਿਸਾਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਜਿਹੜੀਆਂ ਤਸਵੀਰਾਂ ਹਰਿਆਣਾ ਦੀ ਪੁਲਿਸ ਦੇ ਵੱਲੋਂ ਸਾਂਝੇ ਕੀਤੀਆਂ ਗਈਆਂ ਸੀ ਉਹਨਾਂ ਤਸਵੀਰਾਂ ਦੇ ਵਿੱਚ ਨਵਦੀਪ ਦੇ ਨਾਲ ਨਾਲ ਹੋਰ ਹੋਰ ਕਈ ਜਿਨ੍ਹਾਂ ਦੀਆਂ ਸਾਜ਼ੀਆਂ ਤਸਵੀਰਾਂ ਕੀਤੀਆਂ ਗਈਆਂ ਸੀ ਅਤੇ ਦਾਵਾ ਕੀਤਾ ਗਿਆ ਸੀ ਕਿ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਜੋ ਸਰਕਾਰੀ ਪ੍ਰਾਪਰਟੀ ਆ ਪਬਲਿਕ ਪ੍ਰਾਪਰਟੀ ਆ ਉਸ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਨੁਕਸਾਨ ਪਹੁੰਚਾਇਆ ਹੈ ਗੱਲ ਪਾਸਪੋਰਟ ਰੱਦ ਕਰਨ ਤੱਕ ਦੀ ਹੋਈ ਸੀ ਤੇ ਹੁਣ ਪੁਲਿਸ ਦੇ ਵੱਲੋਂ ਯਾਨੀ ਹਰਿਆਣਾ ਦੀ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਚੇਤਾਵਨੀ ਦਿੱਤੀ ਗਈ ਤੇ ਹੁਣ ਕਾਰਵਾਈ ਸ਼ੁਰੂ ਕੀ ਵਾਕਈ ਜੋ ਕਿਸਾਨ ਨੇ ਇਹਨਾਂ ਦੇ ਵੱਲੋਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਨਵਦੀਪ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਕਿਉਂਕਿ ਨਵਦੀਪ ਕਿਸਾਨ ਆंदोलन ਦਾ ਇੱਕ ਵੱਡਾ ਹਿੱਸਾ ਹੈ ਨਵਦੀਪ ਦੇ ਵੱਲੋਂ ਲਗਾਤਾਰ ਕਿਸਾਨ ਆंदोलਨ ਨੂੰ ਤੇਜ਼ ਰੱਖਣ ਦੇ ਲਈ ਆਪਣੇ ਪ੍ਰਯਾਸ ਕੀਤੇ ਜਾ ਰਹੇ ਨੇ ਚਰਚਾ ਦੇ ਵਿੱਚ ਨਵਦੀਪ ਉਦੋਂ ਆਇਆ ਸੀ ਜਦੋਂ ਨਵਦੀਪ ਦੇ ਵੱਲੋਂ వాటర్ ਕੈਨਨ ਤੋਂ ਛੜੰਗ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਨਵਦੀਪ ਦਾ ਨਾਮ ਚਰਚਾ ਦਾ ਵਿਸ਼ਾ ਰਿਹਾ ਪਰ ਕਿਉਂ ਗ੍ਰਿਫਤਾਰੀ ਕੀਤੀ ਗਈ ਨਾਮੀ ਚਿਹਰਿਆਂ ਨੂੰ ਹੀ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਜੋ ਕਿਸਾਨ ਅੰਦੋਲਨ ਦਾ ਹਿੱਸਾ ਨੇ ਅੱਜ ਪੂਰਾ ਖੁਲਾਸਾ ਕਰਦੇ ਆਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਰਕਾਰਾਂ ਦਾ ਨਜ਼ਰੀਆ ਕੀ ਕਹਿੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀ ਜੋ ਕਿਸਾਨ ਨੇ ਉਹਨਾਂ ਦੇ ਉੱਤੇ ਨੱਥ ਪਾਉਣ ਦੇ ਅਜੇ ਹੋਰ ਪ੍ਰਯਾਸ ਕਰੇਗੀ ਕਹਿੰਦਾ ਸਰਕਾਰ ਪੂਰੇ ਵਿਸ਼ੇ ਦੇ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਤੇ ਪੂਰੇ ਮਾਮਲੇ ਦਾ ਖੁਲਾਸਾ ਕਰਦੇ ਆਂ ਕਿਸਾਨ ਅੰਦੋਲਨ ਅੱਜ ਉਦੋਂ ਹੋਰ ਵੀ ਜ਼ਿਆਦਾ ਚਰਚਾ ਦੇ ਵਿੱਚ ਆ ਗਿਆ ਜਦੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਨਾਮੀ ਚਿਹਰੇ ਨਵਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਮੁਹਾਲੀ ਦੇ 에ਅਰਪੋਰਟ ਤੋਂ ਕੀਤੀ ਗਈ। ਹਾਲਾਂਕਿ ਹੁਣ ਸਵਾਲ ਉੱਠਣੇ ਇਹ ਸ਼ੁਰੂ ਹੋ ਗਏ ਨੇ ਕਿ ਆਖਰ ਅਚਾਨਕ ਨਵਦੀਪ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਇਸ ਦੇ ਪਿੱਛੇ ਕਾਰਨ ਕੀ ਹੈ? ਆਖਰ ਨਵਦੀਪ ਦੀ ਗ੍ਰਿਫਤਾਰੀ ਕਿਹੜੇ ਮੁੱਦੇ ਦੇ ਉੱਤੇ ਕੀਤੀ ਗਈ ਹੈ? ਇਹ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਦਵਾਂਗੇ ਪਰ ਉਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਖਰ ਕਿਹੜੇ ਹੁਕਮਾਂ ਦੇ ਉੱਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿ ਹੋਰ ਕਿਸਾਨਾਂ ਨੂੰ ਵੀ ਅरेस्ट ਕੀਤਾ ਜਾ ਸਕਦਾ ਸੋ ਇਸ ਮਾਮਲੇ ਦੀ ਸ਼ੁਰੂਆਤ ਹੁੰਦੀ ਹੈ ਕਿਸਾਨ ਅੰਦੋਲਨ 2.0 ਤੋਂ ਜਿੱਥੇ ਲਗਾਤਾਰ ਹਰਿਆਣਾ ਸਰਕਾਰ ਦੇ ਵੱਲੋਂ ਜਾਂ ਫਿਰ ਕਹਿ ਲੋ ਕਿ ਹਰਿਆਣਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਨਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਹੜੇ ਕਿਸਾਨਾਂ ਦੀਆਂ ਪੁਲਿਸ ਦੇ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਜੀ ਹਾਂ ਲਗਾਤਾਰ ਇਹ ਕਾਰਵਾਈ ਕਰਦੀ ਹੋਈ ਹਰਿਆਣਾ ਸਰਕਾਰ ਨਜ਼ਰ ਵੀ ਆ ਰਹੀ ਹੈ ਹੁਣ ਕਿਸਾਨਾਂ ਤੇ ਪੁਲਿਸ ਇੱਕ ਹੋਰ ਵੱਡੀ ਕਾਰਵਾਈ ਕਰੇਗੀ ਇਹਦਾ ਤਸਵੀਰਾਂ ਦੇ ਆਧਾਰ ਦੇ ਉੱਤੇ ਹੀ ਇਹ ਕਾਰਵਾਈ ਹੋਵੇਗੀ ਜਿਸ ਦੇ ਵਿੱਚ ਉਹਨਾਂ ਕਿਸਾਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਕਿਸਾਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕੀਤੇ ਜਾਣੇ ਨੇ ਇਸ ਦਾ ਹੀ ਹਿੱਸਾ ਨਵਦੀਪ ਵੀ ਹੈ ਜੀ ਹਾਂ ਨਵਦੀਪ ਦੀਆਂ ਵੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ ਇਸ ਸਬੰਧੀ ਡੀਐਸਪੀ ਅੰਬਾਲਾ ਜਗਿੰਦਰ ਸਿੰਘ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਜਰਾਹੀ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਕਿ ਆਖਿਰ ਗ੍ਰਿਫਤਾਰੀਆਂ ਕਿਉਂ ਕੀਤੀਆਂ ਜਾਣ ਗਈਆਂ ਜਿਸ ਦੇ ਤਹਿਤ ਨਵਦੀਪ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆਖਿਰ ਉਹਨਾਂ ਸਮੇਂ ਦੌਰਾਨ ਹਰਿਆਣਾ ਦੀ ਪੁਲਿਸ ਦੇ ਵੱਲੋਂ ਕੀ ਬਿਆਨ ਜਾਰੀ ਕੀਤਾ ਗਿਆ ਸੀ ਪਹਿਲਾਂ ਉਹ ਸੁਣਦੇ ਆ ਮੈਂ ਤੁਹਾਨੂੰ ਸੇ ਬਤਾਨਾ ਚਾਹ ਰਹਾ ਹੂੰ ਕਿ ਪੰਜਾਬ ਸੇ ਹਰਿਆਣਾ ਈ ਤਰਫ ਆਨੇ ਵਾਲੇ ਕਿਸਾਨ ਅੰਦੋਲਨ ਮੇ ਜੋ ਵੀ ਉਪਧਰਵੀ ਹੈ जो भी इस आंदोलन में हरियाणा की तरफ बढ़कर बैरीगेट तोड़ना या और किसी तरीके का उपद्रव मचाना ऐसे लोगों को हम लोगों ने आइडेंटिफाई किया हमारे सीसीटीवी कैमरों से और हमारे ड्रोन के कैमरों से और जो हमने वीडियो बनाई है उससे भी हम लोगों ने आइडेंटिफाई करके उन लोगों के खिलाफ हम लोग हमारे मिनिस्ट्री ऑफ पासपोर्ट ऑफिस और एम्बेसी में हम लोग उनके वीज़ा और पासपोर्ट जो है उनको रद्द करने के लिए हमने अभी हम जो आदेश है वो हम पारित करने वाले हैं सर तो क्या कुछ कार्रवाई जो है इसमें की जा रही है किस तरीके से आइडेंटिफाइड कर रहे हैं कुछ फोटोग्राफ्स जारी भी की हाँ बिल्कुल हम लोगों ने बहुत सारी ऐसी फ़ोटोग्राफ्स हम लोगों ने ली हैं जिसमें जो ये लोग तोड़फोड़ कर रहे हैं और अलग अलग तरीके से उपद्रव मचा रहे हैं उन लोगों के हम फोटोज़ और उनके उनका पूरा एड्रेस नाम वगैरह हम लोग पता करके पासपोर्ट ऑफिस ओफ, और एम्बेसी में उनके खिलाफ उनका वीज़ा हो या पासपोर्ट हो उसको रद्द करने के लिए कार्रवाई कर रहे हैं ਜਾਰੀ ਵੀਡੀਓ ਦੇ ਵਿੱਚ ਡੀਐਸਪੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਪੰਜਾਬ ਤੋਂ ਹਰਿਆਣਾ ਵੱਲ ਆਉਣ ਵਾਲੇ ਜਿਹੜੇ ਵੀ ਹੁੱਲੜਵਾਜ਼ ਨੇ ਜੋ ਹਰਿਆਣਾ ਦੇ ਵੱਲ ਵੱਧ ਕੇ ਹੜਦੰਗ ਮਚਾਉਣ ਅਤੇ ਬੈਰੀਗੇਡ ਤੋੜ ਕੇ ਅੱਗੇ ਵਧਣ ਦੀ ਕਾਰਵਾਈ ਕਰ ਰਹੇ ਨੇ ਉਹਨਾਂ ਨੂੰ ਕੈਮਰਿਆਂ, ਡਰੋਨਾਂ ਅਤੇ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਰਾਹੀਂ ਉਹਨਾਂ ਦੀ ਪਛਾਣ ਕੀਤੀ ਗਈ ਹੈ। ਇਸ ਉਪਰੰਤ ਹੁਣ ਇਹਨਾਂ ਦੀ ਪਛਾਣ ਕੀਤੇ ਗਏ ਕਿਸਾਨਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕਰਨ ਦੇ ਲਈ ਮੰਤਰਾਲੇ ਅਤੇ ਦੂਤਾਵਾਸ ਨੂੰ ਕਾਰਵਾਈ ਦੀ ਅਪ ਕੀਤੀ ਗਈ ਹੈ ਸੋ ਇਹ ਵੀਡੀਓ ਸਾਫ ਤੌਰ ਤੇ ਤੇ ਜ਼ਾਹਿਰ ਕਰਦੀ ਹੈ ਕਿ ਇਹ ਉਹ ਕਿਸਾਨਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਜਿਹੜੇ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਦੌਰਾਨ ਹੜਦੰਗ ਮਚਾਇਆ ਗਿਆ ਯਾਨੀ ਉਹਨਾਂ ਕਿਸਾਨਾਂ ਦੇ ਉੱਤੇ ਕਾਰਵਾਈ ਹੋਵੇਗੀ ਜਿਹੜੇ ਕਿਸਾਨਾਂ ਦੇ ਵੱਲੋਂ ਹੜਦੰਗ ਮਚਾਇਆ ਗਿਆ ਅਤੇ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀਆਂ ਗਈਆਂ ਦੂਜੇ ਪਾਸੇ ਕਿਸਾਨ ਪ੍ਰੋਟੈਸਟ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕੀਤਾ ਜਾ ਰਿਹਾ ਸੀ ਕਿਸਾਨ ਬੈਰੀਗੇਟ ਤੋੜ ਕੇ ਅੱਗੇ ਨਹੀਂ ਵਧੇ ਕਿਉਂਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਦਾ ਹੁਕਮ ਸੀ ਕਿ ਜਦੋਂ ਤੱਕ ਅਗਲੇ ਹੁਕਮ ਜਾਰੀ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਅੱਗੇ ਨਹੀਂ ਵਧਣਗੇ ਪਰ ਇਸ ਦੇ ਪਿੱਛੇ ਕਾਰਨ ਕੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇਹ ਵੀ ਉੱਠਦੇ ਨੇ ਪਰ ਹਾਲਾਂਕਿ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਪੁਸ਼ਟੀ ਕਰਨਾ ਵਾਜਿਬ ਨਹੀਂ ਹੋਵੇਗਾ ਪਰ ਦੂਜੇ ਪਾਸੇ ਗੱਲ ਕਰੀਏ ਨਵਦੀਪ ਦੀ ਤਾਂ ਇਸੇ ਕੜੀ ਦੇ ਤਹਿਤ ਨਵਦੀਪ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਪਹਿਲਾਂ ਨਵਦੀਪ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ ਇਹਨਾਂ ਤਸਵੀਰਾਂ ਦੇ ਵਿੱਚ ਨਵਦੀਪ ਨਜ਼ਰ ਆ ਰਿਹਾ ਸੀ ਤਾਂ ਸਾਫ ਤੌਰ ਦੇ ਤੇ ਜ਼ਾਹਿਰ ਸੀ ਕਿ ਨਵਦੀਪ ਦੇ ਵੀ ਪਾਸਪੋਰਟ ਅਤੇ ਵੀਜ਼ੇ ਰੱਦ ਕੀਤੇ ਜਾਣਗੇ ਸੋ ਮੁਹਾਲੀ ਏਅਰਪੋਰਟ ਦੇ ਉੱਤੇ ਨਵਦੀਪ ਸੀ ਤਾਂ ਜ਼ਾਹਿਰ ਜੀ ਗੱਲ ਹੈ ਕਿ ਨਵਦੀਪ ਕਿਸੇ ਪੰਜਾਬ ਤੋਂ ਕਿਸੇ ਹੋਰ ਥਾਂ ਜਾਣਾ ਚਾਹ ਰਿਹਾ ਸੀ ਅਤੇ ਇਸੇ ਰਾਹੀਂ ਫਲਾਈਟ ਦੀ ਵਰਤੋਂ ਕੀਤੀ ਜਾਣੀ ਸੀ ਪਰ ਇਸ ਦੌਰਾਨ ਜੋ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਉਸ ਦੇ ਆਧਾਰ ਦੇ ਉੱਤੇ ਹੀ ਨਵਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਯਾਨੀ ਪਾਸਪੋਰਟ ਵੀਜ਼ਾ ਨਵਦੀਪ ਦਾ ਰੱਦ ਕਰ ਦਿੱਤਾ ਗਿਆ ਹੁਣ ਨਵਦੀਪ ਹਲੇ ਅ ਕਿਸੇ ਹੋਰ ਥਾ ਦੇਤੇ ਪੰਜਾਬ ਤੋਂ ਨਹੀਂ ਜਾ ਸਕਦਾ ਆਪਣੇ ਪਾਸਪੋਰਟ ਦੇ ਰਾਹੀ ਤਾਂ ਸਵਾਲ ਇਹ ਉੱਠਦੇ ਨੇ ਕਿ ਕੀ ਨਵਦੀਪ ਦੇ ਵੱਲੋਂ ਵਾਕਈ ਪਬਲਿਕ ਪ੍ਰਾਪਰਟੀ ਦੇ ਨਾਲ ਪੰਤ ਤੋੜ ਕੀਤੀ ਗਈ ਸੀ ਵੱਡੇ ਸਵਾਲੀਏ ਜਿੰਨੇ ਪਰ ਫਿਲਹਾਲ ਜਿਵੇਂ ਨਵਦੀਪ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਸਵਾਲ ਉੱਠਣੇ ਹਰਿਆਣਾ ਦੀ ਪੁਲਿਸ ਦੇ ਉੱਤੇ ਸ਼ੁਰੂ ਹੋ ਗਏ ਨੇ ਸੋ ਪਹਿਲੀ ਗ੍ਰਿਫਤਾਰੀ ਹੁਕਮਾਂ ਤੋਂ ਬਾਅਦ ਇਹ ਪਹਿਲੀ ਗ੍ਰਿਫਤਾਰੀ ਕਹੀ ਜਾ ਸਕਦੀ ਹੈ ਹਾਲਾਂਕਿ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਵਾਈਆਂ ਕਿਸਾਨਾਂ ਦੇ ਉੱਤੇ ਕੀਤੀਆਂ ਗਿਆ ਸੋਸ਼ਲ ਮੀਡੀਆ ਖਾਤੇ ਬੰਦ ਕੀਤੇ ਗਏ 170 ਦੇ ਕਰੀਬ ਸੋਸ਼ਲ ਮੀਡੀਆ ਖਾਤੇ ਸੀ ਜਿਨ੍ਹਾਂ ਨੂੰ ਬੰਦ ਬੈਨ ਕਰ ਦਿੱਤਾ ਗਿਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਜਿਵੇਂ ਕਿਸਾਨ ਅੰਦੋਲਨ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਖਾਤਿਆਂ ਨੂੰ ਬਹਾਲ ਕਰ ਦਿੱਤਾ ਜਾ ਅਵੇਗਾ ਪਰ ਮਾਮਲਾ ਕਾਰਵਾਈ ਦਾ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚੋਂ ਕੋਈ ਹੋਰ ਆਪਣੇ ਪਾਸਪੋਰਟ ਦੇ ਰਾਹੀਂ ਕਿਸੇ ਹੋਰ ਥਾਂ ਦੇ ਉੱਤੇ ਕਿਸਾਨ ਜਾਣਾ ਚਾਹੁੰਦਾ ਹੈ ਤਾਂ ਉਸ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਮਾਮਲਾ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਹਾਲਾਂਕਿ ਕਿਸਾਨਾਂ ਦਾ ਸਾਫ ਤੌਰ ਤੇ ਕਹਿਣਾ ਸੀ ਕਿ ਅਸੀਂ ਕਿਸੇ ਵੀ ਤਰੀਕੇ ਦੀ ਭੰਨ ਤੋੜ ਨਹੀਂ ਕੀਤੀ ਅਸੀਂ ਕਿਸੇ ਵੀ ਤਰੀਕੇ ਦੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਆ ਅਤੇ ਨਾ ਹੀ ਕਿਸਾਨਾਂ ਦੇ ਵੱਲੋਂ ਹੜਦੰਗ ਮਚਾਇਆ ਗਿਆ ਇੱਕ ਪਾਸੇ ਕਿਸਾਨਾਂ ਦੇ ਬਿਆਨ ਤੇ ਦੂਜੇ ਪਾਸੇ ਪੁਲਿਸ ਦਾ ਇਸ ਮਾਮਲੇ ਦੇ ਉੱਤੇ ਕਾਰਵਾਈ ਦਾ ਸਿਲਸਲਾ ਸ਼ੁਰੂ ਕਰ ਦੇਣਾ ਸੋ ਕਈ ਸਵਾਲ ਖੜੇ ਹੁੰਦੇ ਨੇ ਪਰ ਫਿਲਹਾਲ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਿ ਵਾਕਈ ਕਿਸਾਨਾਂ ਦੇ ਵੱਲੋਂ ਪਬਲਿਕ ਪ੍ਰਾਪਰਟੀ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਨੁਕਸਾਨ ਪਹੁੰਚਾਇਆ ਗਿਆ ਕੀ ਇਹ ਜੋ ਕਾਰਵਾਈ ਹੈ ਇਹ ਵਾਜਿਬ ਹੈ ਇਹਨਾਂ ਵਿਸ਼ਾ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਸੁਰਸੰਚਿਤ ਕਰਨਾ